ਸਰ ਤੋਂ ਲਾ ਕੇ ਉਹ ਨਹੀਂ ਮੈਂ ਸਿਰ ਲਾ ਕੇ ਮੈਂ ਬੋਟਾ ਕਿਚੂ ਚੋਕ ਕਰ ਰਿਹਾ ਹਾਂ ਬਾਪੂ ਕਟਾਰੀਆ ਮੇਰਾ ਵੀਰ ਨਾਡੇ ਵਾਲਾ 1100 ਰੁਪਇਆ ਸਟੰਗਲ ਲਈ ਪੁੱਜੇ ਕਰਦਾ ਹੈ 100 ਰੁਪਏ ਦੇ ਮਾਨ ਜਿਹੜੇ ਮੇਰੇ ਲਈ ਪੁੱਜੇ ਕਰਦਾ ਬਿੱਟੂ ਕਟਾਰੀਆ ਬਹੁਤ ਬਹੁਤ ਧੰਨਵਾਦ ਉੱਥੇ ਜਿੰਦਾ ਬੈਜਵੰਤ ਕਾਲਾ ਬੈਜਵੰਤ ਰਾਸ 100 ਰੁਪਏ ਦੇ ਵੱਡੇ ਮਾਨ ਸਨਮਾਨ ਨਾਲ ਬੋਲਣ ਲਈ ਪੁੱਜੇ ਕਰਦੇ ਨੇ ਬਹੁਤ ਬਹੁਤ ਧੰਨਵਾਦ ਭੱਲੇ ਹਲਵਾਈ ਵਾਲਾ ਜਿਹੜਾ 500 ਹੈ ਉਹ ਯਾਦ ਆ ਗਿਆ ਮੈਨੂੰ ਉਹ ਜਿਹੜਾ ਪਹਿਲਵਾਨ ਇਹਨਾਂ ਚੋਂ ਕੁਸ਼ਤੀ ਜਿੱਤੂਗਾ ਉਹਦੇ ਲਈ ਹੈ ਆਪ ਕਰ ਰਹੇ ਹੋ ਟਾਈਮ ਆਪ ਦੇਖ ਰਹੇ ਹੋ ਲਗਾ ਦਿਆ ਠੀਕ ਬਿੱਟੂ ਕਟਾਰੀਆ 1100 ਰੁਪਇਆ ਨਾਡੇ ਵਾਲਾ ਵੀਰ ਜਿਹੜਾ ਪੁੱਜੇ ਕਰਦਾ ਬਹੁਤ ਬਹੁਤ ਧੰਨਵਾਦ 500 ਰੁਪਇਆ ਜਿਹੜਾ ਇਸ ਕੁਸ਼ਤੀ ਦੇ ਵਿੱਚੋਂ ਜੇ ਕੋਈ ਪਹਿਲਵਾਨ ਜਿੱਤੂਗਾ ਵਿੱਕੀ ਚੰਡੀਗੜ੍ਹ ਤੇ ਵਿੱਕੀ ਚੰਡੀਗੜ੍ਹ ਤੇ ਜਗਦੇਵ ਲੀਲਾ ਦੇ ਵਿੱਚੋਂ ਜਿਹੜਾ ਕੁਸ਼ਤੀ ਜਿੱਤੂਗਾ ਉਹਨੂੰ 500 ਰੁਪਇਆ ਪੱਲੇ ਹਲਵਾਈ ਸਕੱਤਰੀ ਵੱਲੋਂ ਜਿਹੜਾ ਦਿੱਤਾ ਜਾਣਾ ਆਹ ਵੀ ਪਹਿਲਵਾਨ ਨੋਟ ਕਰੋ ਜਲਦੀ ਆਓ ਛੋਟੇ ਪਹਿਲਵਾਨ ਸੰਦੀਪ ਲਾਸਟ ਕਾਲ ਆਨੰਦਪੁਰ ਤੁਹਾਨੂੰ ਸੁਣਿਆ ਨੀ ਮੈਂ 4 ਵਾਰ ਕਹਿ ਲਿਆ ਵਿੱਚ ਆ ਜਾਓ ਤੂੰ ਸੰਦੀਪ ਨੀ ਸੰਦੀਪ ਆਨੰਦਪੁਰ ਗੁਰਦੀਪ ਜਨਰੇਟਰ ਆ ਗਿਆ ਵੱਡਾ ਵੱਡਾ ਜਨਰੇਟਰ ਤੇਲ ਉਹਦੇ ਵਿੱਚ ਤੇਲ ਵੀ ਚਾਹੀਦਾ ਤੇਲ ਵੀ ਚੈੱਕ ਕਰ ਲਓ ਤੇਲ ਜਨਰੇਟਰ ਤਾਂ ਕਹਿੰਦਾ ਦਿਖੀ ਜਾਣਾ ਤੇਲ ਨਹੀਂ ਨਾ ਦਿਖਣਾ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰੇ ਇੰਤਜ਼ਾਮ ਹੈ ਲਾਈਟਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਅਤੇ ਜਿਹੜੀਆਂ ਕੁਸ਼ਤੀਆਂ 17 ਸਾਲਾਂ ਦੇ ਟਾਈਟਲਾਂ ਦੀਆਂ ਉਹ ਧਿਆਨ ਦਿਓ ਕੁਲਦੀਪ ਹੈ ਕੁਲਦੀਪ ਆ ਸੰਦੀਪ ਨਹੀਂ ਕੁਲਦੀਪ ਹੈ ਨਾ ਕੁਲਦੀਪ ਆਨੰਦਪੁਰ ਸਾਹਿਬ ਅਜੇ ਆਨੰਦਪੁਰ ਸਾਹਿਬ ਉਹਦੇ ਨਾਲ ਹੀ ਗਗਨਦੀਪ ਖੰਨਾ ਸੁਖਵਿੰਦਰ ਆਨੰਦਪੁਰ ਭੋਲਾ ਭਲੇਤਾ ਕ੍ਰਿਸ਼ਨ ਸ਼ਾਰਦਾ ਸਕੂਲ ਇਹ 6 ਦੇ 6 ਪਹਿਲਵਾਨ ਤਿਆਰ ਹੋ ਜਾਣ ਪਹਿਲਾਂ 6 ਦੇ 6 ਪਹਿਲਵਾਨ ਜਿਹੜੇ ਤਿਆਰ ਹੋ ਜਾਣ ਉਸ ਤੋਂ ਬਾਅਦ ਰਾਜਦੀਪ ਮਰੌੜ ਗੁਰਪ੍ਰੀਤ ਮਰੌੜ ਗਗਨਦੀਪ ਸੋਹਾਣਾ ਚੇਤਨ ਆਨੰਦਪੁਰ ਅੱਗੇ ਸ਼ਾਇਦ ਸੁਤੰਤਰ ਰਾਮਗੜ੍ਹ ਦਾ ਨਾਂ ਨਹੀਂ ਪਤਾ ਕੀ ਕੀ ਕੁਛ ਲਿਖਿਆ ਸੁਤੰਤਰ ਰਾਮਗੜ੍ਹ ਪਰਾਗ ਚੰਡੀਗੜ੍ਹ ਇਹ 15 ਨੰਬਰ ਕੁਸ਼ਤੀ ਹੈ 16 ਨੰਬਰ ਦਲਜੀਤ ਪਹਿਲਵਾਨ ਕੰਸਾਲਾ ਜਗਮੋਹਣ ਮੁੱਲਾਪੁਰ ਮੱਖਣ ਚੰਡੀਗੜ੍ਹ ਤੇ ਮੰਗਾ ਆਨੰਦਪੁਰ ਸਾਹਿਬ ਜਿਹਨਾਂ ਦੇ ਨਾਂ ਬੋਲਿਆ ਸਾਰੇ ਤਿਆਰ ਹੋ ਜਾਣ ਜਿੰਨਾ ਪਹਿਲਵਾਨਾਂ ਦੇ ਨਾਂ ਬੋਲਿਆ ਸਾਰੇ ਤਿਆਰ ਹੋ ਜਾਣ ਲੈ ਪੱਲੇ ਹਲਵਾਈ ਸਕੇਤਰੀ ਵਾਲਾ ਕਹਿੰਦੇ 500 ਜੇਤੂ ਲਈ ਹੋਏਗਾ ਜੇਤੂ ਲਈ 500 ਜਿਹੜਾ ਇਹ ਕੁਸ਼ਤੀ ਜਿੱਤੂਗਾ ਚੱਲਦੀ ਹੋਈ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਆ ਤੁਹਾਡੇ ਸਾਹਮਣੇ ਆ ਕਹਿੰਦਾ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲਿਖਾ ਜੋਸ਼ ਜਵਾਨੀ ਰੂਪ ਰੰਗ ਦੇ ਲੋਕੀ ਕਰਨ ਤਰੀਫਾਂ ਹੁਣ ਦੀ ਖੇਡ ਕੁਸ਼ਤੀ ਦੀ ਗੱਲ ਉੜਦੀ ਧੂੜ ਅਸਮਾਨੀ ਪੱਟੇ ਵਾਲਿਆ ਜੋ ਲੱਗਦਾ ਚੜੀ ਜਵਾਨੀ ਇਹ ਚੜੀ ਜਵਾਨੀ ਦੀਆਂ ਗੱਲਾਂ ਦਾ ਰਿਹਾ ਵਾਕਿਆ ਕਹਿੰਦੇ ਜ਼ੋਰ ਪੂਰਾ ਲੱਗਿਆ ਹੋਇਆ ਰੈਫਰੀ ਤੇਨਾ ਧਿਆਨ ਦਿਓ ਵੀ ਕਿਹੜਾ ਅਸਲੀ ਹੈ ਇੱਕ ਹੋ ਜਿਓ ਕਿਉਂਕਿ ਕੁਸ਼ਤੀ ਦਾ ਕੁਝ ਨਹੀਂ ਪਤਾ ਲੱਗਣਾ ਸੰਤ ਮੇਰੀ ਡਿਊਟੀ ਹੈ ਸੰਤ ਮੇਰਾ ਵੀਰ ਵੇ ਭਾਵੇਂ ਬੋਲਾਂ ਦੀ ਗੱਲ ਕਰੀਏ ਕਮੈਂਟਰੀ ਵੀ ਬਹੁਤ ਵਧੀਆ ਕਰਦਾ ਹੈ ਭਾਵੇਂ ਕੁਸ਼ਤੀਆਂ ਲਿਖਣ ਤੇ ਲਾ ਦਈਏ ਭਾਵੇਂ ਪੈਸੇ ਬਣਨ ਤੇ ਆਲਰਾਊਂਡਰ ਭਾਵੇਂ ਰੈਫਰੀ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉੱਥੇ ਹੀ ਗੋਲੂ ਪਹਿਲਵਾਨ ਦਾ ਵੀ ਅੱਜ ਮਾਨ ਸਨਮਾਨ ਹੋਣਾ ਗੁਰਜ ਦੇ ਨਾਲ
एक ओ इंसान है जिन्हें इस इलाके के 20-25 दंगल जड़े शुरू करवाए इस इलाके च। एक दूजा मेरी जिंदगी वाली है, दो मुड़ मेरी जिंदगी बहुत बड़े आए ने। एक कमेंट्री जो मैं कर लग्या सब तो पहला जिहड़ा चांस गोलू ने दिता है, दूजा भी तुहाडे नाल जरूर सांझा करूंगा क्योंकि ऐदां दा पॉइंट है भी अगर किस्मत मेरी सही रही शायद हौली हौली ना ग्राउंडां तों भी दूर हो जाऊं, क्योंकि बहुत वड्डी गल हुंदी है किसी की जिंदगी किसी दे अगर बोर्ड किसी पॉइंट नाल सुधर जाए। ये वो बंदा जिन्हें मेरी वाकई मेरी जिंदगी सुधरी है, मैनूं पता है भावें मैं काम बहुत किए हैं, भावें किसी प्राइवेट बैंक से जॉब की है, भावें मेरा टेंट स्टेजों का काम है, साउंड का काम है, बैरीगेड का काम है, पर जो कमेंट्री लाइन के आया मैं 2011 के मैं पता इस इंसान ने मैं सब तो वह प्रमोट किया। इन्होंने दिनों के जो दंगल मैं अपना जो कमेंट्री का सफर इन्होंने दिनों से शुरू किया अप्रैल तो इस इंसान की बदौलत अज मैं इन ग्राउंडों के आया। हाँ जी अगली वास्ते तो ਬਿੱਟੂ ਨਾਡਾ ਜੀ ਸਟੇਜ ਤੇ ਪਹੁੰਚਣਾ, ਆਪਣਾ ਮੋਮੈਂਟੋ ਲੈ ਜਾਣਾ ਬਿੱਟੂ ਨਾਡਾ ਜੀ। ਬਿੱਟੂ ਕਟਾਰੀਆ ਨਾਡਾ ਆਪ ਸ਼ਾਇਦ ਨਹੀਂ ਪੁੱਜਿਆ। ਕੁਲਜੀਤ ਸਿੰਘ ਜੀ ਸਰਪੰਚ ਹਰੀਪੁਰ, ਕਰਨੈਲ ਸਿੰਘ ਪੰਚ ਹਰੀਪੁਰ, ਇਹ ਵੀ ਆਪਣਾ ਸਨਮਾਨ ਸਿੰਘ ਲੈ ਜਾਓ ਜੀ। ਕਿੰਨਾ ਟਾਈਮ ਹੋ ਗਿਆ ਉਲਕੇ ਪਾਸ ਹੈ ਟਾਈਮ, ਮੇਰੇ ਦੋਨੋਂ ਹੱਥ ਬਿਜ਼ੀ। कितने हो गए? 6 मिनट। अभी तो गर्मी में 20 मिनट भी बहुत ज्यादा है। हेलो, गर्मी में 20 मिनट भी बहुत ज्यादा है। चलती हुई जी कुश्ती है 10-12 मिनट हो गई कुश्ती तेज चल शुरू कराओ। हाँ जी साइकिल वाली ਵੱਡੇ ਮਾਨ ਸਨਮਾਨ ਜਿੱਥੇ ਭਾਨਾ ਪੁੱਜਦੇ ਕਰਦਾ ਉੱਥੇ ਪੱਲਾ ਹਲਵਾਈ 100 ਰੁਪਏ ਦੇ ਵੱਡੇ ਮਾਨ ਸਨਮਾਨ ਪੁੱਜਦੇ ਕਰਦਾ। ਸਤਨਾਮ ਮਾਛੀ ਵਾਲਾ, ਸਤਨਾਮ ਸਤਨਾਮ ਮਾਛੀ ਵਾਲਾ ਵਿੱਚ ਆਵੇ ਹੱਥ ਜੋੜੀ ਲਈ। ਸਤਨਾਮ ਮਾਛੀ ਵਾਲਾ, ਸਤਨਾਮ ਮਾਛੀ ਵਾਲਾ, ਇਹ ਆ ਸਤਨਾਮ ਪਹਿਲਵਾਨ ਮਾਛੀ ਵਾਲਾ, ਉਹਦੇ ਨਾਲ ਗੋਪੀ ਲੀਲਾ, ਗੋਪੀ ਨੌਜਵਾਨ ਛੋਟਾ ਜਿਹਾ ਤੇ ਜੇਤੂ ਲਈ 500 ਜਿਹੜਾ ਲੱਗਿਆ ਹੋਇਆ। ਜਿਹੜੀਆਂ ਕੁਸ਼ਤੀਆਂ ਮੈਂ ਬੋਲੀਆਂ ਪਲੀਜ਼ ਜਲਦੀ ਨਾਲ ਪਹਿਲਵਾਨ ਮੈਦਾਨ ਚ, ਅਨੰਦਪੁਰ ਸਾਹਿਬ ਵਾਲੇ ਕੁਲਦੀਪ ਤੇ ਅਜੇ ਅਨੰਦਪੁਰ ਸਾਹਿਬ, ਇਹ ਪਹਿਲਵਾਨ ਜਲਦੀ ਨਾਲ ਮੈਦਾਨ ਦੇ ਵਿੱਚ ਆ ਜਾਣ। ਜਲਦੀ ਨਾਲ ਪਹਿਲਵਾਨ ਵਿੱਚ ਆ ਜਾਣ। ਆ ਜਾ ਬੇਟਾ, ਆ ਜਾ ਆ ਜਾ ਆ ਜਾ। ਅਰੇ ਇਹਨਾਂ ਪਾਸਵਰਡ ਕਾ, ਅਰੇ ਆ ਜਾ ਸੁਣ, ਆ ਜਾ ਆ ਜਾ ਬੇਟਾ, ਆ ਜਾ ਥੋੜਾ ਹੈਲਪ ਕਰ ਦੇ। ਇਸ ਤੋਂ ਬਾਅਦ ਮੇਜਰ ਹਿੰਦੁਸਤਾਨੀ ਉਹਦੀ ਜਿਹੜੀ ਖੇਡ ਆ ਉਹਦਾ ਵੀ ਆਪਾਂ ਨੇ ਆਨੰਦ ਲੈਣਾ ਹੈ। ਚੱਲਦੀ ਹੋਈ ਜਿਹੜੀ ਕੁਸ਼ਤੀ ਹੈ ਵਿੱਕੀ ਚੰਡੀ ਜਿਹੜੀ ਆਪਣੇ ਪਾਸੇ ਜਗਦੀ ਲਾ ਹੈ, ਇਧਰ ਬੈਠ ਜਾ ਯਹਾਂ ਪੇ ਆਰਾਮ ਸਿੰਘ ਕੇ ਪਾਸ, ਮੈਂ ਵੀਡੀਓ ਬਣਾ ਲੂੰਗਾ। ਟਾਈਮ ਬੋਲਦੇ ਚੱਲਦੀ ਹੋਈ ਕੁਸ਼ਤੀ, ਟਾਈਮ ਬੋਲਦੇ ਗੋਲੂ ਚਲੇ ਗਈ, ਬੈਠ ਜਾ। 9.5 ਮਿੰਟ ਜਿਹੜੇ ਕੁਸ਼ਤੀ ਦੇ ਹੋ ਗਏ ਨੇ, ਉਹਦਾ ਰੈਫਰੀ ਨਾ ਨਾ ਉਹ ਇਨਕੇ ਬਣਾ ਲੂੰਗਾ, ਜਦ ਇਨਕੇ ਬਾਰੀ ਆਏਗੀ ਬੈਠ ਜਾ ਆਰਾਮ ਸਿੰਘ, ਜਦ ਸ਼ੁਰੂ ਹੋਗੇ ਤਬ ਬਣੇਗੀ। ਅਭੀ ਤਾਂ ਚਾਲੂ ਨਹੀਂ ਹੈ ਨਾ, ਬਸ ਜੇ ਮੇਰੀ ਫਿਰੋਜ਼ਪੁਰ ਵਾਲੇ ਦੋਸਤ ਆਪ ਨੇ ਫਿਰੋਜ਼ਪੁਰ ਵਾਲੇ
ਹੋਜਪੁਰ ਵਾਲੇ ਕੋਸਾ ਬੇਨਤੀ ਹੈ ਮੁਲਾਜ਼ਮ ਵੀਰਾਂ ਨੂੰ ਕਿ ਜਿੰਨੇ ਵੀ ਬੈਰੀਗੇਟ ਨੂੰ ਮੇਰੇ ਤੱਕ ਰਿਹਾ ਪਲੀਜ਼ ਉਹਨਾਂ ਨੂੰ ਜ਼ਰੂਰ ਕਹਿ ਦਿਓ ਇੱਕ ਵਾਰੀ ਬੇਨਤੀ ਆਪਣੀ ਮੁਲਾਜ਼ਮਾਂ ਵੱਲੋਂ ਪਲੀਜ਼ ਸਾਡੇ ਵੱਲੋਂ ਲੜ ਸਕਾਵੇ ਮੁਲਾਜ਼ਮਾਂ ਵੱਲੋਂ ਥੋੜ੍ਹਾ ਥੋੜ੍ਹਾ ਪਲੀਜ਼ ਬੇਨਤੀ ਹੈ ਪੰਗਾ ਮੇਰਾ ਵੀ ਸੁੱਖੋ ਮਜਰੀ ਵਾਲਾ 100 ਰੁਪਏ ਦੇ ਵੱਡੇ ਮਾਨ ਸਨਮਾਨ ਨਾਲ ਬੋਲਣ ਲਈ ਗੁੱਦੇ ਕਰਦਾ ਹੈ ਬਹੁਤ ਬਹੁਤ ਧੰਨਵਾਦ।